ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਇੱਕ ਪਾਸੇ ਦਿੱਲੀ ਜਾਣ ਦੇ ਲਈ ਹਰਿਆਣਾ ਦੇ ਬਾਰਡਰਾਂ ਤੇ ਕਿਸਾਨ ਬੈਠਾ, ਤਾਂ ਦੂਜੇ ਪਾਸੇ ਕੁਝ ਜਥੇਬੰਦੀਆਂ ਇੱਕ ਆਪਣੇ ਤੌਰ ਤੇ ਪ੍ਰਦਰਸ਼ਨ ਵੱਖਰਾ ਕਰ ਰਹੀਆਂ ਨੇ। ਤੁਹਾਡੇ ਸਾਹਮਣੇ ਤੁਹਾਨੂੰ ਹਾਈਵੇ ਤੇ ਟਰੈਕਟਰ ਨਜ਼ਰ ਆਉਣਗੇ, ਕਿਸਾਨ ਨਾਰੇ ਲਾਉਂਦੇ ਨਜ਼ਰ ਆਉਣਗੇ। ਇੱਕ ਲੰਮੀ ਕਤਾਰ ਦੇ ਵਿੱਚ ਟਰੈਕਟਰ ਖੜੇ ਕੀਤੇ ਗਏ ਨੇ। ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਇਹਨਾਂ ਟਰੈਕਟਰਾਂ ਤੇ ਲੱਗੇ ਕਿਸਾਨੀ ਝੰਡਿਆਂ ਦੇ ਰਾਹੀਂ ਕਿਸਾਨੀ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਇਸ ਲਈ ਤੁਹਾਡੇ ਸਾਹਮਣੇ ਹਾਈਵੇ ਤੇ ਦੂਰ ਤੱਕ ਤੁਹਾਨੂੰ ਟਰੈਕਟਰਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ। ਇਹ ਅਜ਼ੀਜ਼ਪੁਰ ਟੋਲ ਪਲਾਜ਼ਾ, ਜਦੋਂ ਜ਼ੀਰਕਪੁਰ ਤੋਂ ਰਾਜਪੁਰਾ ਹਾਈਵੇ ਤੇ ਜਾਂਦੇ ਹਾਂ ਤਾਂ ਉੱਥੇ ਇਹ ਸੜਕ ਦੇ ਦੋਨੇ ਪਾਸੇ, ਹਾਈਵੇ ਦੇ ਦੋਨੇ ਪਾਸੇ ਟਰੈਕਟਰ ਇਸੇ ਤਰ੍ਹਾਂ ਖੜੇ ਕੀਤੇ ਗਏ ਨੇ। ਕਿਸਾਨੀ ਝੰਡੇ ਲਾ ਕੇ ਤੇ ਨਾਲ ਕੀਤੀ ਜਾ ਰਹੀ ਹੈ ਨਾਅਰੇਬਾਜ਼ੀ, ਇੱਥੋਂ ਲੰਘਣ ਵਾਲੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਿ ਆਖਿਰ ਕਿਸਾਨ ਕਿਉਂ ਸੜਕਾਂ ਤੇ ਨੇ, ਆਖਿਰ ਕਿਸਾਨ ਕਿਉਂ ਹਰਿਆਣਾ ਦੇ ਬੈਰੀਕੇਡਾਂ ਤੇ ਬੈਠੇ ਨੇ, ਕਿਉਂ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਨੇ, ਔਰ ਇਹ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ। ਕਿਸਾਨ ਆਗੂ ਸਾਡੇ ਨਾਲ ਨੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਨੇ। ਸਰਾਸਬ ਅੱਜ ਮੈਂ ਦੇਖ ਰਿਹਾ ਕਿ ਟਰੈਕਟਰਾਂ ਦੀਆਂ ਕਤਾਰਾਂ ਹਾਈਵੇ ਦੇ ਦੋਨੇ ਪਾਸੇ ਨਜ਼ਰ ਆ ਰਹੀਆਂ ਨੇ, ਹਾਲਾਂਕਿ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ, ਪਰ ਇੱਥੇ ਮੈਂ ਦੇਖ ਰਿਹਾ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਟਰੈਕਟਰਾਂ 'ਤੇ ਲੱਗੇ ਇਹ ਕਿਸਾਨੀ ਝੰਡੇ ਅਤੇ ਹਾਈਵੇ ਦੇ ਪਾਸੇ ਤੁਹਾਡੇ ਸ਼ਾਂਤ ਖੜ੍ਹੇ ਟਰੈਕਟਰ ਕੀ ਸੁਨੇਹਾ ਦੇ ਰਹੇ ਨੇ? ਅਸੀਂ ਅੱਜ ਦਾ ਇਹ ਜਿਹੜਾ ਸੁਨੇਹਾ ਦੇਣ ਆਏ ਹੈ, ਕਿਉਂਕਿ ਜਿਹੜੀ ਦੋਹਾ ਦੇ ਵਿੱਚ WTO ਦੀ ਵਰਲਡ ਟ੍ਰੇਡ ਔਰਗੇਨਾਈਜੇਸ਼ਨ ਦੀ ਮੀਟਿੰਗ ਹੋਣ ਜਾ ਰਹੀ ਹੈ, ਅੱਜ ਉਹਨੇ ਸ਼ੁਰੂ ਹੋਣਾ ਹੈ, ਉਸ ਦਾ ਭਾਰਤ ਵੀ ਇੱਕ ਮੈਂਬਰ ਹੈ, ਅਤੇ ਅਸੀਂ ਭਾਰਤ ਦੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਸ ਸਮਝੌਤੇ ਤੋਂ ਬਾਹਰ ਆਇਆ ਜਾਵੇ, ਕਿਉਂਕਿ ਉਹ ਸਮਝੌਤਾ ਹਿੰਦੁਸਤਾਨ ਦੇ ਕਿਸਾਨ ਦੇ ਲਈ, ਮਜ਼ਦੂਰ ਦੇ ਲਈ ਮਾਰੂ ਹੈ, ਕਿਉਂਕਿ ਜਿਹੜੇ ਵਿਕਾਸ ਕਰ ਚੁੱਕੇ ਦੇਸ਼ ਨੇ ਉਹ ਸਾਡੇ ਦੇਸ਼ 'ਤੇ ਉਹ ਨੀਤੀਆਂ ਠੋਪਣੀ ਚਾਹੁੰਦੇ ਨੇ ਜਿਹਦੇ ਨਾਲ ਇੱਥੋਂ ਦਾ ਕਿਸਾਨ ਮਤਲਬ ਤਬਾਹ ਹੋਏਗਾ, ਅਤੇ ਉਸ ਦੇ ਨਾਲ ਸਾਡੇ ਕਿਸਾਨ ਦੀਆਂ ਸਬਸਿਡੀਆਂ ਘਟਾਉਣੀਆਂ ਚਾਹੁੰਦੇ ਨੇ, ਅਤੇ ਇੱਥੇ ਅਨਾਜ ਗੇਰ ਕੇ ਸਸਤੇ ਰੇਟ 'ਤੇ ਉਹ ਸਾਡੇ ਅਨਾਜ ਨੂੰ ਵੀ ਉਸ ਕਰਨਾ ਚਾਹੁੰਦੇ ਨੇ, ਅਤੇ ਇਸ ਦੇ ਲਈ ਅੱਜ ਦਾ ਜਿਹੜਾ ਸਾਡਾ ਸੁਨੇਹਾ ਸ਼ਾਂਤਮਈ, ਇਹ ਅਸੀਂ ਆਪਣੀ ਸਰਕਾਰ ਨੂੰ ਸੁਨੇਹਾ ਦੇਣ ਦੇ ਲਈ ਤਾਂ ਹੋਏ ਹਾਂ ਵੀ ਨਵੀਆਂ ਨੀਤੀਆਂ ਦੇ ਤਹਿਤ ਜਿਹੜਾ ਵਰਲਡ ਟ੍ਰੇਡ ਔਰਗੇਨਾਈਜੇਸ਼ਨ ਨਾਲ ਸਮਝੌਤਾ ਕੀਤਾ ਉਸ 'ਚੋਂ ਜ਼ਿਆਦਾ ਨਹੀਂ ਜੇ ਕਿਸਾਨੀ ਨੂੰ ਤਾਂ ਬਾਹਰ ਕੱਢਿਆ ਜਾਵੇ, ਅਸਲ 'ਚ ਤਾਂ ਸਾਰਾ ਸਮਝੌਤੇ 'ਚੋਂ ਬਾਹਰ ਆਉਣਾ ਚਾਹੀਦਾ ਹੈ, ਤਾਂ ਹੀ ਹਿੰਦੁਸਤਾਨ ਦੀ ਜਿਹੜੀ 80% ਪਬਲਿਕ ਹੈ ਉਹ ਬਚਾਈ ਜਾ ਸਕਦੀ ਹੈ, ਤਾਂ ਕਿ ਜਿਹੜੀ ਉਹਨਾਂ ਨੂੰ ਸਬਸਿਡੀਆਂ ਜਾਰੀ ਰੱਖੀਆਂ ਜਾਣ, ਕਿਉਂਕਿ ਜਿਹੜੇ ਦੇਸ਼ ਉਹ ਨੇ ਵਿਕਾਸ ਕਰ ਚੁੱਕੇ ਨੇ ਉਹ ਆਪਣੇ ਕਿਸਾਨ ਨੂੰ ਉੱਥੇ ਜਿਹੜੀ ਉਪਜ ਆ ਉਹ ਪੈਦਾ ਨਾ ਕਰਨ ਦੇ ਵੀ ਪੈਸੇ ਦਿੰਦੇ ਨੇ, ਅਤੇ ਸਾਡੇ ਉੱਤੇ ਜਿਹੜੀ ਸਬਸਿਡੀਆਂ ਲਾਉਂਦੇ ਹਾਂ ਵੀ ਇਹਨਾਂ ਨੂੰ ਸਬਸਿਡੀਆਂ 'ਤੇ ਕੱਟ ਲਾਇਆ ਜਾ ਸਕੇ, ਵੀ ਜਿਹੜੇ ਵਿਕਾਸਸ਼ੀਲ ਦੇਸ਼ ਹੈ ਉਹ ਸਬਸਿਡੀਆਂ ਨਹੀਂ ਦੇ ਸਕਦੇ, ਉਸ ਦੇ ਨਾਲ ਸਾਡਾ ਕਿਸਾਨ ਤਬਾਹ ਹੋ ਜਾਏਗਾ। ਅੱਛਾ, ਰੂਪਰੇਖਾ ਕੀ ਹੈ ਪੂਰੇ ਅੱਜ ਦੇ ਤੁਹਾਡੇ ਇਸ ਪ੍ਰਦਰਸ਼ਨ ਦੀ? ਸਾਡੇ ਪ੍ਰਦਰਸ਼ਨ ਦੀ ਰੂਪਰੇਖਾ ਤੁਹਾਨੂੰ ਇਹ ਆਪਣਾ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਕੇ ਹਟੀ ਪਿਛਲੇ ਦਿਨ, ਉਸ ਨੇ ਜਿਹੜਾ 22 ਤਰੀਕ ਨੂੰ ਜਿਹੜਾ ਉਸਦਾ ਸੱਦਾ ਦਿੱਤਾ ਸੀ ਕਿ ਜਿਹੜਾ WTO ਹੈ ਅੱਜ ਦਾ ਮੇਨ ਸੱਦਾ ਇਹ ਹੈ ਵੀ ਇਸ ਤੋਂ ਖਿਲਾਫ ਸਾਰੇ ਹਿੰਦੁਸਤਾਨ ਦੇ ਵਿੱਚ, ਇਕੱਲੇ ਪੰਜਾਬ 'ਚ ਨਹੀਂ, ਸਾਰੇ ਹਿੰਦੁਸਤਾਨ ਦੇ ਵਿੱਚ ਸੜਕਾਂ 'ਤੇ ਸ਼ਾਂਤਮਈ ਟਰੈਕਟਰ ਖੜਾ ਕੇ ਉਹਨਾਂ ਤੋਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇ, ਤਾਂ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਉਸ 'ਚੋਂ ਵਾਪਸ ਬੁਲਾਇਆ ਜਾ ਸਕੇ। ਤਾਂ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਿ WTO ਕਿਸਾਨਾਂ ਦੇ ਲਈ ਮਾਰੂ ਹੈ, ਕਿਸਾਨਾਂ ਦੇ ਲਈ ਘਾਤਕ ਹੈ, ਇਹ ਜਿਹੜਾ ਪ੍ਰਦਰਸ਼ਨ ਤੁਹਾਡਾ ਅਸੀਂ ਦੇਖ ਰਹੇ ਜੀ, ਸਿੱਧੇ ਤੌਰ 'ਤੇ ਅਸੀਂ ਦੇਸੀ ਲਫ਼ਜ਼ਾਂ ਦੇ ਵਿੱਚ ਇਹ ਸਮਝੀਏ ਕਿ WTO ਦੇ ਵਿੱਚ ਸ਼ਾਮਿਲ ਹੋ ਕੇ ਜਿਹੜੇ ਤਰੱਕੀ ਕਰ ਚੁੱਕੇ ਦੇਸ਼ ਨੇ ਉਹ ਤਾਂ ਬੇਸ਼ੱਕ ਕਹਿੰਦੇ ਕਿ ਫਸਲ ਨਾ ਬੀਜਣ ਦੇ ਲਈ ਵੀ ਕਿਸਾਨ ਨੂੰ ਪੈਸੇ ਦਿੰਦਾ, ਤਾਂ ਅਸੀਂ ਹਿੱਸਾ ਤਾਂ ਉਹਦਾ ਬਣਦੇ ਜਾ ਰਹੇ ਹਾਂ, ਪਰ ਉਹ ਸਹੂਲਤਾਂ ਤੋਂ ਅਸੀਂ ਸੱਖਣੇ ਹਾਂ।
ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ WTO ਜਿਹੜਾ ਹੈਗਾ ਉਹ ਜਿਹੜੇ ਵਿਕਾਸ ਕਰ ਚੁੱਕੇ ਦੇਸ਼ ਨੇ ਉਹਨਾਂ ਦੇ ਕਿਸਾਨਾਂ ਨੂੰ ਸਬਸਿਡੀ ਜਿਹੜੀ ਦਿੱਤੀ ਜਾਂਦੀ ਹੈ ਉਹ ਪੈਦਾਵਾਰ ਨਾ ਕਰਨ ਲਈ ਦਿੱਤੀ ਜਾਂਦੀ ਹੈ। ਸਾਡੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਵੀ ਪੈਦਾ ਕੀਤੀ ਜਾਵੇ, ਪਰ ਸਬਸਿਡੀ ਅਸਲ ਰੂਪ ਦੇ ਵਿੱਚ ਕਿਸਾਨ ਨੂੰ ਮਿਲਦੀ ਹੈ ਨਹੀਂ। ਜੇਕਰ ਕਿਸਾਨ ਨੂੰ ਸਬਸਿਡੀ ਨਹੀਂ ਮਿਲਦੀ ਉਹ ਕਿਸਾਨ ਦਾ ਨੁਕਸਾਨ ਵੱਡਾ ਹੁੰਦਾ, ਉਹ ਮਰਨ ਕਿਨਾਰੇ, ਔਰ ਲੱਖਾਂ ਹੀ ਲੋਕ ਜਿਹੜੇ ਨੇ ਪਿਛਲੇ 10-12 ਸਾਲ 'ਚ ਖੁਦਕੁਸ਼ੀਆਂ ਕਰ ਚੁੱਕੇ ਨੇ। ਜੇਕਰ ਕਿਸਾਨ ਖੁਸ਼ਹਾਲ ਹੁੰਦਾ, ਕਿਸਾਨ ਨੂੰ MSP ਮਿਲਦੀ ਹੈ, ਸਰਕਾਰ ਦਾ ਜਿਹੜਾ ਉਹ ਹੈਗਾ ਵੀ ਫਸਲ ਖਰੀਦ ਰਹੀ ਹੈ ਉਹਦੇ ਨਾਲ ਜਿਹੜਾ ਦੇਸ਼ ਦਾ ਬੇਜ਼ਮੀਨੇ ਲੋਕ ਨੇ, ਖੇਤ ਮਜ਼ਦੂਰ ਨੇ, ਜਿਨ੍ਹਾਂ ਨੂੰ ਸਬਸਿਡੀ ਦੇ ਉੱਤੇ ਜਾਂ ਫ੍ਰੀ ਰਾਸ਼ਨ ਦਿੱਤਾ ਜਾਂਦਾ, ਉਹ ਤਦੇ ਹੀ ਦਿੱਤਾ ਜਾਊਗਾ ਨਾ ਜੇ ਸਰਕਾਰ MSP ਦੇ ਕਿਸਾਨਾਂ ਦੀ ਫਸਲ ਆਪ ਖਰੀਦਦੀ ਹੈ। ਜੇਕਰ ਪ੍ਰਾਈਵੇਟ ਹੋ ਗਿਆ, ਪ੍ਰਾਈਵੇਟ ਲੋਕਾਂ ਨੇ ਖਰੀਦ ਲਈ, ਤਾਂ ਫਿਰ ਉਹਨਾਂ ਲੋਕਾਂ ਨੂੰ ਵੀ ਕੋਈ ਰਹਿਤ ਨਹੀਂ ਦਿੱਤੀ ਜਾ ਸਕਦੀ। ਅੱਛਾ, ਇੱਕ ਚੀਜ਼ ਸਮਝਾਇਓ, ਇੱਕ ਸੰਘਰਸ਼ ਪਹਿਲਾਂ ਚੱਲ ਰਿਹਾ ਹਰਿਆਣਾ ਦੇ ਬਾਰਡਰਾਂ 'ਤੇ, ਇਹੀ ਮੰਗਾਂ MSP ਦੇ ਕਾਨੂੰਨ ਦੀ ਗਰੰਟੀ ਦੀ ਗੱਲ ਹੋ ਰਹੀ ਹੈ, ਕਿਸਾਨ ਉੱਥੇ ਸੰਘਰਸ਼ ਲੜ ਰਹੇ ਨੇ, ਕਿੰਨੇ ਕਿਸਾਨ ਸ਼ਹੀਦ ਵੀ ਹੋ ਗਏ, ਇੱਕ ਨੌਜਵਾਨ ਦੋ ਨੌਜਵਾਨ ਕਿਸਾਨਾਂ ਦੀ ਜਾਨ ਚਲੀ ਗਈ, ਤਾਂ ਤੁਸੀਂ ਪੈਰਲਰ ਇਹ ਆਪਣਾ ਵੱਖਰਾ ਸੰਘਰਸ਼ ਸ਼ੁਰੂ ਕੀਤਾ ਹੋਇਆ, ਹਾਲਾਂਕਿ ਇਹ ਸਵਾਲ ਅੱਗੇ ਵੀ ਕੀਤੇ ਜਾ ਰਹੇ ਤੁਹਾਡੀਆਂ ਜਥੇਬੰਦੀਆਂ ਨੂੰ, ਪਰ ਨਹੀਂ ਲੱਗਦਾ ਕਿ ਮੰਗਾਂ ਇੱਕ, ਮੁੱਦੇ ਇੱਕ, ਕਿਸਾਨੀ ਇੱਕ, ਅਤੇ ਕਿਸਾਨ ਜਥੇਬੰਦੀਆਂ ਵੀ ਰਾਜਨੀਤਿਕ ਧੜਿਆਂ ਵਾਂਗੂ ਇਕੱਠੀਆਂ ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਰਸਤਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਜੇ ਅਸੀਂ ਵੱਖ ਵੱਖ ਰਸਤੇ ਅਪਣਾ ਕੇ ਪਹੁੰਚਦੇ ਹਾਂ? ਜਿਹੜਾ ਇਹ ਅੰਦੋਲਨ ਚੱਲ ਰਿਹਾ ਜੀ, ਅੰਦੋਲਨ ਮਤਲਬ ਸੰਘਰਸ਼ ਦੇ ਵਿੱਚੋਂ ਵੀ ਇੱਕ ਏਕਤਾ ਦਾ ਉਪਜ ਹੁੰਦੀ ਹੈ। ਜਦੋਂ ਇਹ ਸੰਘਰਸ਼ ਚੱਲਣਾ, ਇਹਦੇ 'ਚੋਂ ਇਹ ਏਕਤਾ ਪੈਦਾ ਹੋਣੀ ਹੈ, ਏਕਤਾ ਹੋਣੀ ਹੈ, ਸਮਾਂ ਲੱਗ ਸਕਦਾ, ਕਿਉਂਕਿ ਜਿਹੜੀ ਲੜਾਈ ਹੈ ਉਹ ਲੜਾਈ ਸਾਂਝੀਆਂ ਮੰਗਾਂ 'ਤੇ ਹੀ ਲੜ ਰਹੇ ਹੈ। ਉਹ ਕੁਛ ਸਾਥੀਆਂ ਨੂੰ ਹੋ ਗਿਆ ਸੀ ਵੀ ਸ਼ਾਇਦ ਅਸੀਂ ਇਕੱਲੇ ਲੜ ਲਿਆਂਗੇ, ਪਰ ਉਹ ਇਕੱਲੇ ਨਹੀਂ ਲੜਨਾ, ਕਿਉਂਕਿ ਸਾਰੇ ਹਿੰਦੁਸਤਾਨ ਦੀ MSP ਦਾ ਮੁੱਦਾ ਮੇਨ ਤੌਰ 'ਤੇ ਜਿਹੜਾ ਦੇਖਦੇ ਹਾਂ ਆਪਾਂ, MSP ਦਾ ਮੁੱਦਾ ਪੂਰੇ ਹਿੰਦੁਸਤਾਨ ਦਾ ਮੁੱਦਾ ਹੈ। ਕਿਧਰੇ ਤਗਮੇ ਦੀ ਲੜਾਈ ਤਾਂ ਨਹੀਂ ਕਿ ਬਾਕੀਆਂ ਨੂੰ ਲੱਗਦਾ ਹੋਵੇ ਕਿ ਕਿਧਰੇ ਉਹ ਦੋਹਣਾ ਤਗਮਾ ਲੈ ਜਾਣ, ਉਹਨਾਂ ਨੂੰ ਲੱਗਦਾ ਹੋਵੇ ਇਹ ਨਾ ਆ ਜਾਣ? ਨਹੀਂ, ਇਹ ਤਗਮੇ ਦੀ ਲੜਾਈ ਨਹੀਂ, ਸਾਰੀ ਜਥੇਬੰਦੀਆਂ ਦੇ, ਜਿਹੜੀ ਜਥੇਬੰਦੀ ਕੋਈ ਅੰਦੋਲਨ ਲੜਦੀ ਹੈ ਉਸ ਜਥੇਬੰਦੀ ਦਾ ਆਪਣਾ ਫੈਸਲਾ ਹੁੰਦਾ। ਤੁਸੀਂ ਆਗੂਆਂ ਦੇ ਨਾਲ ਵੈਸੇ ਚਰਚਾ ਕਰਦੇ ਹੋਵੋਗੇ, ਜਦੋਂ ਸ਼ੁਭਕਰਨ ਦੀ ਜਾਨ ਚਲੀ ਜਾਂਦੀ ਹੈ ਤਾਂ ਅਸੀਂ ਅਕਸਰ ਸਾਡੇ ਪੰਜਾਬ ਦਾ ਕਲਚਰ ਜਾਂ ਕਿਤੇ ਵੀ ਮੈਨੂੰ ਲੱਗਦਾ ਕਿ ਇਹ ਕਲਚਰ ਹੈ ਕਿ ਜੇ ਦੁਸ਼ਮਣ ਦੇ ਘਰੇ ਵੀ ਕੋਈ ਮਾੜਾ ਸਮਾਂ ਆ ਜਾਂਦਾ ਤਾਂ ਜਾ ਕੇ ਉਹਨੂੰ ਹੌਸਲਾ ਜ਼ਰੂਰ ਦਿੰਦੇ, ਕੋਈ ਗੱਲ ਨਹੀਂ, ਜੋ ਪਹਿਲਾਂ ਹੋ ਗਿਆ ਅਸੀਂ ਤੇਰੇ ਨਾਲ ਖੜੇ ਹਾਂ। ਨਹੀਂ ਲੱਗਦਾ ਕਿ ਜਦੋਂ ਸ਼ੁਭ ਕਰਨ ਦੀ ਜਾਨ ਜਦੋਂ ਗਈ ਹੈ ਤਾਂ ਉਦੋਂ ਇੱਕ ਟਾਈਮ ਐਸਾ ਬਣਦਾ ਸੀ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਨਾਲ ਬਹਿੰਦੀਆਂ ਕਿ ਮੰਗਾਂ ਇੱਕ ਹੈ, ਪੁੱਤ ਸਭ ਦਾ ਸਾਂਝਾ ਸੀ ਪੰਜਾਬ ਦਾ, ਅਤੇ ਅੱਜ ਲੜਾਈ ਹੁਣ ਤੋਂ ਇਕੱਠੇ ਲੜਾਂਗੇ। ਜਿਹੜਾ ਤਸ਼ੱਦਦ ਸ਼ੰਭੂ ਬਾਰਡਰ 'ਤੇ, ਖਨੌਰੀ ਬਾਰਡਰ 'ਤੇ ਜਾਂ ਦੂਸਰੇ ਬੁਢਲਾਡੇ ਵਾਲੇ ਪਾਸੇ ਬਾਰਡਰ 'ਤੇ ਹੋਇਆ, ਉਹਦੇ ਵਿੱਚ ਜਿਹੜਾ ਸ਼ੁਭ ਕਰਨ ਦਾ ਸ਼ਹੀਦ ਹੋਣਾ, ਉਸ ਦੇ ਲਈ ਸਾਰੀਆਂ ਜਥੇਬੰਦੀਆਂ ਨੇ ਉਸਦੀ ਨਿਖੇਧੀ ਕੀਤੀ ਹੈ, ਔਰ ਸਾਰੀ ਜਥੇਬੰਦ ਸੰਯੁਕਤ ਮੋਰਚੇ ਵੱਲੋਂ 3 ਦਿਨ ਜਿਹੜਾ ਲਗਾਤਾਰ ਟੂਲ ਵੱਜ ਪਲਾਜੇ ਜਿਹੜੇ ਫ੍ਰੀ ਕੀਤੇ ਗਏ ਨੇ, ਔਰ ਉਹਦੇ ਵਿੱਚ ਹੀ ਨੇ ਇਹ ਜਿਹੜੀਆਂ ਅੱਜ ਵੀ ਹੈਗੇ ਆ ਵੀ ਉਹ ਉਸ ਤੋਂ ਵੱਖਰੇ ਨਹੀਂ ਹੈਗੇ, ਪਰ ਉਹ ਉਹਨਾਂ ਦੀ ਜਥੇਬੰਦੀ ਦਾ, ਉਹ ਜਥੇਬੰਦੀ ਲੜ ਰਹੀ ਹੈ ਵੱਖਰੇ ਤੌਰ 'ਤੇ। ਜਦੋਂ ਸਮਾਂ ਆ ਗਿਆ, ਜਿਹੜੀ ਸੰਯੁਕਤ ਮੋਰਚੇ ਦੀ ਹੁਣੇ ਮੀਟਿੰਗ ਹੋ ਕੇ ਹਟੀ ਹੈ 22 ਤਰੀਕ ਨੂੰ, ਉਸ ਦੇ ਵਿੱਚ 6-ਮੈਂਬਰੀ ਕਮੇਟੀ ਵੱਡੇ ਆਗੂਆਂ ਦੀ ਬਣੀ ਹੈ ਜਿਹੜੀ ਇਸ ਤਾਲਮੇਲ ਕਰਨ ਦਾ ਯਤਨ ਕਰੂਗੀ। ਤੁਹਾਨੂੰ ਲੱਗਦਾ ਕਿ ਇਕੱਠੇ ਹੋ ਕੇ ਲੜਨਾ ਚਾਹੀਦਾ ਵੈਸੇ? ਬਿਲਕੁਲ, ਅਸੀਂ ਕਹਿੰਦੇ ਹਾਂ ਕਿਉਂਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਹਾਂ ਵੀ ਇਹ ਜਿਹੜੀ ਏਕਤਾ ਹੈ ਇਹ ਤਾਕਤ ਨੂੰ ਖੰਡਾਇਆ ਨਾ ਜਾਵੇ, ਤਾਕਤ ਇਕੱਠੀ ਰਹੇ, ਇਕੱਠੀ ਹੋ ਕੇ ਲੜਾਈ ਜੇ ਲੜਾਂਗੇ ਤਾਂ ਸੌਖੀ ਲੜੀ ਜਾ ਸਕਦੀ ਹੈ। ਇਹ ਅਜੇ ਜਿਹੜੇ ਉਸ ਦੇ ਭੰਦੇਰ ਹੋ ਰਹੀ ਹੈ ਆਗੂ ਨੇ, ਉਹ ਹਲੇ ਕਿਸੇ ਆਨਾਕਾਨੀ ਕਰਦੇ ਨੇ, ਕਿਉਂਕਿ ਜਿਹੜਾ ਵੱਡਾ ਸੰਯੁਕਤ ਮੋਰਚਾ ਜਿਹਦੀ ਤਾਕਤ ਸਾਰੇ ਹਿੰਦੁਸਤਾਨ ਦੇ ਵਿੱਚ ਹੈ, ਉਹ ਇਸ ਗੱਲ ਲਈ
ਉਹਨਾਂ ਨੇ 6 ਮੈਂਬਰੀ ਵੱਡੇ ਆਗੂਆਂ ਦੀ ਅਗਵਾਈ 'ਚ ਕਮੇਟੀ ਬਣਾਈ ਹੈ, ਜਿਹਦੇ 'ਚ ਹਨਮੁੱਲਾ ਨੇ, ਜਸਵੀਰ ਜੀ ਨੇ, ਮਤਲਬ ਰਾਜੇਵਾਲ ਜੀ ਨੇ, ਉਹ ਕਮੇਟੀ ਬਣੀ ਆ ਏਕਤਾ ਲਈ। ਉਹ ਗੱਲਬਾਤ ਉਹਨਾਂ ਨਾਲ ਕਰਨਗੇ, ਉਹ ਅੱਗੇ ਜੋ ਵੀ ਫੈਸਲਾ ਆਉਂਦਾ ਉਹਦੇ 'ਚ ਦੇਖੀ। ਤਾਂ ਕਹਿੰਦੇ ਨੇ ਕਿ ਕਿਸਾਨ ਇਕੱਠੇ ਹੋ ਕੇ ਲੜਾਈ ਲੜਨਗੇ ਵੀ, ਔਰ ਜੇ ਲੜਨਗੇ ਵੀ ਤਾਂ ਹੀ ਜਿਹੜੀ ਆ ਕਿਤੇ ਨਾ ਕਿਤੇ ਜਿਹੜਾ ਸੁਨੇਹਾ ਦੇਣ ਦੀ ਕੋਸ਼ਿਸ਼ ਆ ਉਹ ਪਹੁੰਚੇਗਾ ਵੀ, ਔਰ ਕਿਸਾਨ ਜਿੱਤਣਗੇ ਵੀ। ਤਾਂ ਉਸੇ ਦੇ ਤਹਿਤ ਬੇਸ਼ੱਕ ਮੋਰਚਾ ਇੱਕ ਵੱਖਰਾ ਇਹ, ਪਰ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਮਸਲੇ 'ਤੇ ਉੱਥੇ ਮੋਰਚਾ ਲੱਗਾ ਉਹੀ ਮੰਗਾਂ ਨੇ, ਉਹਨਾਂ ਮੰਗਾਂ ਨੂੰ ਲੈ ਕੇ ਇੱਕ ਇਹ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼, ਤਾਂ ਕਿ ਸੁਨੇਹਾ ਦਿੱਤਾ ਜਾ ਸਕੇ, ਕੇਂਦਰ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਕਿਸਾਨਾਂ ਦੀਆਂ ਮੰਗਾਂ ਨੇ, ਔਰ ਇਸ ਪ੍ਰਦਰਸ਼ਨ ਨੂੰ ਵੀ ਸ਼ਾਂਤਮਈ ਰੱਖਣ ਦੀ ਕੋਸ਼ਿਸ਼। ਟਰੈਕਟਰ ਵੀ ਤੁਹਾਨੂੰ ਸੜਕ ਦੇ ਕੰਢੇ 'ਤੇ ਸ਼ਾਂਤ ਨਜ਼ਰ ਆਉਣਗੇ, ਝੰਡੇ ਨਜ਼ਰ ਆਉਣਗੇ, ਤਾਂ ਕਿ ਜਿਹੜਾ ਕੋਈ ਇੱਥੋਂ ਲੰਘਦਾ ਤਾਂ ਉਹ ਇਹਨਾਂ ਟਰੈਕਟਰਾਂ ਤੋਂ, ਇਹਨਾਂ ਝੰਡਿਆਂ ਤੋਂ ਇਹ ਸੁਨੇਹਾ ਜ਼ਰੂਰ ਪੜ੍ਹ ਕੇ ਜਾਵੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਹੋਏ ਨੇ, ਪ੍ਰਦਰਸ਼ਨ ਕਰ ਰਹੇ ਨੇ। ਦੇਖਦੇ ਹਾਂ ਕਦੋਂ ਕਿਸਾਨਾਂ ਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ, ਅਤੇ ਕਦੋਂ ਸਹਿਮਤੀ ਬਣਦੀ ਹੈ, ਅਤੇ ਕਦੋਂ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਪਹਿਲਾਂ ਵਾਂਗ ਸੰਘਰਸ਼ ਦੀ ਲੜਾਈ ਇਕੱਠਿਆਂ ਲੜਦੀਆਂ ਨੇ। ਕੈਮਰਾਮੈਨ ਅਮਨਦੀਪ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਰਾਜਪੁਰਾ।